ਓਏ ਤੂੰ ਇੱਥੇ ਬੈਠਾ ਹੈ? ਓਏ ਇਹ ਤਾਂ ਮੈਨੂੰ ਪਹਾੜ ਉੱਤੇ ਲੈ ਕੇ ਆਇਆ ਖੱਚਰ ਤੇ ਪਾ ਕੇ। ਹਾਂਜੀ ਪਹਿਲੇ ਤਿੱਕੀ ਲੈ ਕੇ ਆਇਆ ਨਾ, ਤੇ ਹੁਣ ਤੇਰੇ ਕੋਲੋਂ ਪੈਸੇ ਲੈਣੇ ਨੇ। ਉਹ ਪੈਸੇ ਤਾਂ ਮੈਂ ਦੇ ਕੇ ਆਇਆ। ਉਹ ਖੱਚਰ ਦਾ ਕਿਰਾਇਆ ਦਿੱਤਾ ਸੀ ਨਾ, ਤੇ ਹੁਣ ਖੱਚਰ ਦੇ ਪੈਸੇ ਵੀ ਦੇ। ਕੀ ਮਤਲਬ? ਉਹ ਜਦੋਂ ਖੱਚਰ ਤੋਂ ਥੱਲੇ ਉਤਰਿਆ ਤੂੰ, ਤੇ ਉਹਨੇ 2 ਸਾਲ ਲੈਣੇ ਤੇ ਮਰ ਗਈ ਹੈ। ਇਹ ਆਦਮਖੋਰ ਨਹੀਂ ਹੈ, ਖੱਚਰ ਖੋਰ ਹੈ। ਉਹ ਮਿਸਟਰ ਗੋਰਾ, ਖੱਚਰ ਐਡਾ ਤਗੜਾ ਹੁੰਦਾ, ਉਹ ਟਰੱਕ 'ਚ ਵੀ ਵੱਜ ਕੇ ਮਰੇ ਨਾ, ਕਮ ਸੇ ਕਮ ਮਰਨ ਤੋਂ ਪਹਿਲੇ 6 ਸਾਲ ਲੈਂਦਾ। ਇਹ ਉੱਤੇ ਬੈਠਾ ਤੇ ਉਹਨੇ 2 ਹੀ ਸਾਲ ਹੈ। ਭਾਅ ਜੀ ਅੱਧੇ ਰਸਤੇ 'ਚ ਮੈਂ ਨਾਲ ਨਾਲ ਟੁਰਦਾ ਆਇਆ, ਕਿਉਂਕਿ ਖੱਚਰ ਦੀਆਂ ਅੱਖਾਂ ਬਦਲਦੀਆਂ ਜਾ ਰਹੀਆਂ ਸੀ। ਉਹ ਜਬ ਖੱਚਰ ਦੀਆਂ ਅੱਖਾਂ ਬਦਲ ਰਹੀਆਂ ਸਨ ਤੇ ਤੂੰ ਦੁਬਾਰਾ ਉਸਕੇ ਉੱਪਰ ਕਿਉਂ ਬੈਠਾ ਹੈ? ਤੁਮੇ ਚਾਹੀਏ ਥਾ ਕਿ ਤੁਮ ਖੱਚਰ ਕੋ ਉਠਾ ਲੇਤੇ। ਪਹਿਲੀ ਵਾਰੀ ਮੈਂ ਸੁਣਿਆ ਕਿ ਕੋ ਬੰਦਾ ਖੱਚਰ ਦੇ ਉੱਤੇ ਬੈਠਾ ਤੇ ਖੱਚਰ ਹੀ ਮਾਰ ਦੇ। ਇੱਥੋਂ ਦੌੜ ਜਾਓ, ਨਹੀਂ ਤੇ ਮੈਂ ਉਸ ਮੋਟੇ ਨੂੰ ਤੁਹਾਡੇ ਉੱਤੇ ਬਾ ਦੇਣਾ। ਮੇਰਾ ਪੈਸਾ ਇਹਲੇ, ਮੇਰਾ ਪੈਸਾ ਭਾਈ, ਉਹ ਪੈਸਾ ਮੇਰਾ। ਨਾਜ਼ਰੀਨ ਯਾ ਲੈਤੇ ਇੱਕ ਛੋਟੀ ਸੀ ਬ੍ਰੇਕ। ਮਾੜੇ ਖੁੱਡੇ ਮੇ ਵੀ ਬਿਜਲੀ ਲੱਗੀ ਹੋਈ ਹੈ। ਮੇਰੇ ਘਰ ਮੇ ਲੱਗੀ ਹੋਈ ਹੈ। ਮਤਲਬ ਸਭ ਕਹਿੰਦੇ ਸਨ ਜਿਹੜਾ ਪਤਲਾ ਹੈ ਨਾ ਖੁੱਡੇ ਚੜ੍ਹਦਾ ਹੈ।